मतलब सारी जगह चीज का ब्लैक फ्राइडे आंदा ना नवंबर के एंड का वीक होंगे जिस काफी दुकानों ने अपने डिस्काउंट लाए होंगे ना इस तरह ही आप चले पे मैं चल चलो चलते हैं नाले आप रौनक मेला करते चलते दसी इतने सेंटर बाजार जो जुर दिमाग शहर का है उसे कि रौनक मौनक चल रहा है ना रौनक रौनक शेयर करिए चलते हैं ते चलिए फिर मैडम जी ना टाइम ज्यादा खराब कर दिया हाँ चलो फिर तुम दिखाने हैं अपने शहर का सेंटर जुर दी मार ऑन ब्लैक फ्राइडे सिचुएशन काफ़ी शाम का टाइम हो चुक पाया तो सेंटर च पूरी रौनक लगे हुई लाइटा भी जगह हुई जिदा इन्होंने जोड़ा अपना क्रिसमस का त्यौहार आता है वे करके एक बार खड़े होकर मैं दिखा दिना देखो जी बाजार दियां रौनकां लोग घूम रहे आ ब्लैक फ्राइडे ते लाइटनिंग हुई पी है पर इत्थे तां मेन बाजार है जी इह यूरप दी मार शहर दा जिस शहर च असीं रहिंदे आ दुनिया घूम रही है देखो Do you hear?
ਚੱਲੇ ਵੀ ਇਨਸਾਈਡ ਘਰੇ ਲਾਈ ਹੋਏ ਕਿ ਚਲੀ ਅੰਦਰ ਚੱਲ बाजार घूम रहे हैं बाजार के व्यू दिखाइए चलो जी देख कितना सोना बनाया ना देखा झूमर कितना सोना झूमर झूमर जो बनाया ना अपने हिसाब नाल नवी दादा क्रिसमस तो पहला सारे जिदा शहर नु सही आया क्रिसमस से इन्होंने अपने जरा फेस्टिवल है वो दे देखो कि दरख्तों के नाल भी लाइटा लाइया हुई हैं इन्होंने आह रंग बिरंगिया लाइटा इतों बाद इतों भी ज़्यादा लाइटा जगह देखो कि सोहनिया आ बाजार के बिच उपरले पास आ सेंटर के सारे पास इन्होंने ना इदा दी लाइया अगे भी लैके जाने तुम काफ़ी लाइटिंग की इतने सरपंच घर हों भी उन्होंने लाइटिंग फिर की भी वो भी तुम दसते हैं जाके चल चलिए फिर रितु अगे सवेरे चढ़ना है कोई चक्कर नहीं ओके कितना सजाइया पी जी इन्होंने ये भी लाइटिंग में रखा सारा कुछ इन्होंने
ਕਿੱਦਾਂ ਜਿਹੜੀਆਂ ਗਲੀਆਂ ਨੇ ਸੈਂਟਰ ਬਾਜ਼ਾਰ ਦੇ ਵਿੱਚ ਉੱਪਰ ਇਹਨਾਂ ਨਾਲ ਲਾਈਟਿੰਗ ਕੀਤੀ ਹੈ, ਚਿੱਟੀ ਚਿੱਟੀ ਲਾਈਟ ਐਂਡ ਤੱਕ ਲਾਈਆਂ ਘੱਟੋ ਘੱਟ ਤੋਂ 1 ਕਿਲੋਮੀਟਰ ਹੋਣੀ ਗਲੀ ਦੇ ਵਿੱਚ, ਇੱਦਾਂ ਹੀ ਲਾਈਟਿੰਗ ਲਾਈਟਿੰਗ ਸਾਰੇ ਪਾਸੇ ਲਾਈ ਦੀ ਇਹਨਾਂ ਨੇ। ਐਡੀ ਲੰਬੀ ਗਲੀ ਕਿਉਂ ਜਾਣਾ, ਦੂਜੇ ਪਾਸੇ ਲੈ ਕੇ ਜਾਂਦੇ, ਉੱਧਰ ਵੀ ਲਾਈਟਿੰਗ ਤੁਹਾਨੂੰ ਦੱਸਦੇ ਹਾਂ। ਸੋਹਣੀ ਲਾਈਟਿੰਗ ਕੀਤੀ ਹੈ, ਇਹ ਹਰ ਸਾਲ ਹੀ ਕਰਦੇ ਹੈ ਨਾ, ਹਰ ਸਾਲ ਹੀ। ਮਤਲਬ ਕ੍ਰਿਸਮਸ ਤੋਂ ਪਹਿਲਾਂ, ਕ੍ਰਿਸਮਸ ਤੋਂ ਪਹਿਲਾਂ, ਕ੍ਰਿਸਮਸ ਮਹੀਨਾ ਕੇ ਪਹਿਲਾਂ ਕਰਦੇ। ਦੇਖੋ ਕਿੰਨੀ ਸੋਹਣੀ ਲਾਈਟਿੰਗ, ਉਹ ਐਂਡ ਤੱਕ ਲਾਈ ਹੈ ਇੱਕ, ਨਾਲ ਹੀ ਮੈਂ ਦੂਜੇ ਪਾਸੇ ਘੁਮਾ ਕੇ ਦੱਸਦਾ। ਇੱਧਰ ਇੱਧਰ ਤਾਂ ਉੱਤੋਂ ਵੀ ਸੋਹਣੀਆਂ ਲੱਗਦੀਆਂ ਵੀ, ਆਹ ਦੇਖੋ ਆਹ ਲਾਈਟਿੰਗ ਕੀਤੀ ਹੈ, ਆਹ ਸਰਪੰਚ ਘਰ ਹੈ, ਉਹ ਗ੍ਰੀਨ ਗ੍ਰੀਨ ਜਿਹੀ ਲਾਈਟ ਲਾਈ ਹੈ। ਹੁਣ ਅੱਗੇ ਚੱਲਦੇ ਹਾਂ ਅਸੀਂ, ਨਾਲੇ ਤੁਹਾਨੂੰ ਦੱਸਦੇ ਹਾਂ ਕਿੱਦਾਂ ਫਿਰ ਸੋਹਣਾ ਲੱਗਦਾ ਪਿਆ। ਰੀਤੂ ਨਾਲੇ ਥੋੜੀਆਂ ਫੋਟੋਆਂ ਹੀ ਖਿਚਾਈਏ ਇੱਥੇ, ਹੈਂ ਨਜ਼ਾਰਾ ਆ ਜਾਣਾ। ਨਹੀਂ ਨਹੀਂ ਦੇਖਦੇ ਹਾਂ ਜੀ, ਸਾਫ ਪਈਆਂ ਉੱਥੇ ਨਹੀਂ ਰਹੀ ਇਹ। ਕਿੰਨੀ ਸੋਹਣੀ ਲਾਈਟਿੰਗ ਕੀਤੀ ਹੈ ਨਾ, ਇਹਦੀ ਲਾਈਟ ਜ਼ਿਆਦਾ। ਆਹ ਦੇਖ ਪਿੱਛੇ ਦੇਖ, ਵਾਈਟ ਵਾਈਟ ਲਾਈਟ ਕੀਤੀ ਇੱਥੇ, ਗ੍ਰੀਨ ਗ੍ਰੀਨ ਹਨ। ਇੱਕ ਜਾਂ ਇੱਕ ਆਰ ਉਹ ਬਣਾਤਾ, ਟ੍ਰੀ ਬਣਾਤਾ ਇਹਨਾਂ ਨੇ ਜੀ। ਕਿੰਨੇ ਲੋਕ ਇਹਦੇ ਫੋਟੋਆਂ ਖਿੱਚ ਰਹੇ ਆ ਨਾਲੇ। ਆਹ ਕਿੰਨਾ ਸੋਹਣਾ ਲੱਗਦਾ ਹੈ ਨਾ, ਇਹ ਲਾਈਟਿੰਗ ਇੱਦਾਂ ਲੱਗਦਾ ਜਿੱਦਾਂ ਕੋਈ ਨਾ ਇਹਨਾਂ ਨੇ ਨਾ ਟ੍ਰੀ ਲਾਇਆ ਹੁੰਦਾ ਨਾ, ਗ੍ਰੀਨ ਗ੍ਰੀਨ ਇੱਦਾਂ ਦੇਖ ਲਓ ਸੈਟਿੰਗ ਕੀਤੀ ਵੀ ਇਹਨਾਂ ਨੇ। ਨਾਲੇ ਤਾਂ ਰੈਸਟੋਰੈਂਟਸ ਬਾਹਰ ਹੈਗੀਆਂ। ਇਹ ਐਕਚੁਅਲੀ ਜਿਹੜਾ ਇੱਥੇ ਦਾ ਇੱਕ ਹੁੰਦਾ ਨਾ ਸਰਪੰਚ ਘਰ ਹੁੰਦਾ, ਉਹ ਹੈ ਇਹ ਜਿੱਥੇ ਲੇਖਾ ਜੋਖਾ ਰਜਿਸਟਰੀ ਵਗੈਰਾ, ਘਰ ਦਾ ਰਜਿਸਟਰੀ ਹੁੰਦੀ ਹੈ, ਸਾਰਾ ਕੁਛ ਦਫ਼ਤਰ ਹੈ, ਉਹਨੂੰ ਉੱਦਾਂ ਸਜਾਇਆ ਹੁੰਦਾ, ਮਿਊਨਸੀਪੈਲਿਟੀ ਦਾ ਦਫ਼ਤਰ ਜਿਹਨੂੰ ਕਹਿੰਦੇ ਨੇ। ਲਾਈਟਾਂ ਬਾਹਰਲੇ ਪਾਸੇ ਥੋੜ੍ਹੀ ਬਹੁਤ ਜਗਾਈਆਂ ਇਹਨਾਂ ਨੇ ਹੈ ਨਾ, ਜਾ ਰੋਡ ਸੈਂਟਰ ਦੇ ਇਧਰਲੇ ਪਾਸੇ ਕਿੱਦਾਂ ਸਜਾਇਆ ਹੋਇਆ ਇਹਨਾਂ ਨੇ, ਬਲੈਕ ਫਰਾਈਡੇ ਦੇ ਮੌਕੇ 'ਤੇ। ਇੱਧਰ ਵੀ ਅਤੇ ਇੱਧਰ ਵੀ ਮੈਂ ਸੈਂਟਰ 'ਚ ਖੜਾ ਹੋਇਆ ਪਿਆ, ਗੱਡੀਆਂ ਆਉਂਦੀਆਂ ਵੀ ਆ, ਫਿਰ ਵੀ ਨਿਕਲਦੇ ਹਾਂ, ਕਰੋਸ ਕਰਦੇ ਕਰਦੇ ਮੈਂ ਦਿਖਾ ਦਈਏ ਇੱਥੇ ਦੀ ਸ਼ਹਿਰ ਦੀ ਲੋਕੇਸ਼ਨ ਕਿੱਦਾਂ ਦੀ ਕੀਤੀ ਹੁੰਦੀ ਇਹਨਾਂ ਨੇ। ਫਿਰ ਅਸੀਂ ਦੇਖਿਆ ਵੀ ਬਹੁਤ ਸੋਹਣੀ ਚੀਜ਼ ਬਣਾਈ ਪਈ, ਲਾਈਟਨਿੰਗ ਕੀਤੀ ਪਈ ਹੈ, ਆ ਟਰੈਕ ਜਿਹਾ ਬਣਾਇਆ ਬੜਾ ਸੋਹਣਾ ਉਹਨਾਂ ਨੇ, ਲਾਈਟਿੰਗ ਲਾਈਟਿੰਗ ਕੀਤੀ ਵੀ ਹੈ ਨੀਲੀ ਅਤੇ ਵਾਈਟ ਲਾਈਟਿੰਗ। ਵੀ ਤੂੰ ਵਿੱਚ ਜਾ ਹਾਂ, ਹੈਂ ਲੈ ਇਹ ਤਾਂ ਬਹਿ ਗਈ ਟਰੈਕ ਦੇ ਵਿੱਚ, ਹੈਂ ਇਸ ਸੀ ਉਹਦੇ ਅੰਤਰਾਲ ਵਿੱਚ। ਇੱਥੋਂ ਐਂਡਿੰਗ ਕਰਨੀ, ਐਂਡਿੰਗ ਕਰਨੀ ਮੈਂ ਕਿਹਾ, ਥੋੜ੍ਹੀ ਥੱਲੇ ਉਹਦੇ ਸ਼ਕਲ ਨਹੀਂ ਦੇਖਦੀ ਵੀ, ਇਹ ਸਾਹਮਣੇ ਵੀ ਆਉਣਾ ਬੈਠਾ ਦੇਖਦਾ ਦਿਖਾਉਣਾ, ਵਧੀਆ ਚੀਜ਼ ਬਣਾਈ ਹੋਈ ਉਹਨਾਂ ਨੇ। ਵਿੱਚ ਚੱਲ ਵੀ ਸਾਹਮਣੇ ਆਉਣਾ, ਵਿੱਚ ਗੱਡੀ ਚਲਾਉਣੀ ਤੂੰ ਨਾ ਲੈ ਲੈਣ ਨੂੰ ਤਾਂ ਕੋਈ ਗੱਲ ਨਹੀਂ। ਆਹ ਦੇਖੋ ਜੀ ਅੱਗੇ ਹੈ, ਪਹਿਲੇ ਪਾਸੋਂ ਐਨ ਆਈ ਟੀ ਕੀਤੀ, ਕੀ ਚੀਜ਼ ਬਣਾਈ ਹੋਈ ਉਹਨਾਂ ਨੇ, ਦੇਖੋ ਵਧੀਆ ਚੀਜ਼ ਮਿਲ ਗਈ, ਕਿੰਨੀ ਸੋਹਣੀ ਲੱਗਦੀ ਲਾਈਟਿੰਗ ਕੀਤੀ ਵੀ ਇਧਰਲੇ ਪਾਸੇ, ਬੱਚੇ ਬੁੱਚੇ ਖੇਡ ਸਕਣ, ਕੋਈ ਵੀ ਫੋਟੋ ਖਿਚਾ ਸਕੇ ਇੱਥੇ, ਹੈ ਆਪਣਾ ਚਾਅ ਪੂਰਾ ਕਰ ਸਕੋ, ਜਿੱਦਾਂ ਕਿ ਆ ਥੋੜ੍ਹਾ ਮੂੰਹ ਬਾਹਰ ਕੱਢੋ ਜੀ, ਸ਼ਾਬਾਸ਼, ਡਰਾਈਵਿੰਗ ਕਰ ਰਹੇ ਹੋ ਤੁਸੀਂ, ਇੱਥੇ ਐਂਡਿੰਗ ਤਾਂ ਨਹੀਂ ਕਰਨੀ, ਤਾਂ ਟੀ ਵੀ ਵਿੱਚ ਬੋਲਦੀ ਹੁੰਦੀ ਤੂੰ, ਕਰਨੀ ਐਂਡਿੰਗ ਕਰਦੇ, ਮੈਂ ਕਹਿੰਦਾ ਅੱਜ ਚਲੋ ਮੈਂ ਰੀਤੂ ਕੋ ਐਂਡਿੰਗ ਕਰਵਾ ਦਿੰਦਾ, ਹੈਂ ਵੀਡੀਓ ਵੱਡੀ ਨਹੀਂ ਹੋਣੀ, ਐਂਡਿੰਗ ਕਰ ਦਿੰਦੀ ਹੈ ਨਾ, ਠੀਕ ਹੈ ਚਲ ਮਿਲਦੇ ਹਾਂ। ਵਿੱਚ ਘੁੰਮਣਾ ਜਾਣਾ, ਵਿੱਚ ਵੜ ਗਏ ਗੱਡੀ 'ਚ, ਦੇਖੋ ਕਿੰਨੀ ਸੋਹਣੀ ਲਾਈਟਿੰਗ ਕੀਤੀ ਪਈ ਨਾ, ਕਿੰਨਾ ਸੋਹਣਾ ਲੱਗਦਾ ਪਿਆ, ਬੱਚਿਆਂ ਲਈ ਹੈ, ਹੈਂ ਸਹੀ ਗੱਲ ਹੈ। ਆ ਦੇਖੋ ਵਿੱਚ ਬੈਠੇ, ਗੁੱਡ ਗੁੱਡ ਵੈਰੀ ਗੁੱਡ, ਲੈਟਸ ਗੋ ਜਾ। ਓਕੇ ਲਓ ਜੀ, ਅਸੀਂ ਹੁਣ ਪਹੁੰਚ ਗਏ ਹਾਂ ਘਰ, ਘਰ ਆਣ ਕੇ ਕੱਪੜੇ ਬਦਲਦਾ ਕਹੇ, ਕਹਿੰਦੀ ਪਹਿਲੇ ਐਂਡਿੰਗ ਕਰ ਦੋ, ਉਹ ਤੋਂ ਬਾਅਦ ਇਸੇ ਕਰੇ, ਦੇਖੋ ਇੱਥੇ ਜਿਹੜਾ ਜੈਕਟ ਦੱਸਦੇ ਹੈਗੀ ਆ, ਤੇ ਅਸੀਂ ਜਿੱਦਾਂ ਕਿ ਤੁਹਾਨੂੰ ਉੱਥੇ ਆਪਣਾ ਸੈਂਟਰ ਬਾਜ਼ਾਰ ਘੁਮਾਤਾ, ਪਬਲਿਕ ਕਾਫੀ ਮੰਡਰਾ ਰਹੀ ਸੀ ਇੱਥੇ, ਤੇ ਕਾਫੀ ਰਾਤ ਵੀ ਹੋ ਚੁੱਕੀ ਪਈ ਹੈ, ਥੋੜੀ ਲਾਈਟਨਿੰਗ ਵੀ ਤੁਹਾਨੂੰ ਦੱਸੀ ਹੈ ਅਸੀਂ, ਹੈ ਨਾ ਆਪਾਂ ਜੋ ਕੁਝ ਹੈ ਅਸੀਂ ਕੈਪਚਰ ਕਰ ਲੈਂਦੇ ਹਾਂ, ਦੱਸਦੀ ਸਾਡੀ ਸਿਟੀ ਕਿੱਦਾਂ ਸੱਜੀ ਹੋਈ ਹੈ, ਤੇ ਇਹਦੇ ਨਾਲ ਹੀ ਨਾ ਅਸੀਂ ਕਿਹਾ ਲੰਬਾ ਵਲੋਗ ਕਿਉਂ ਖਿੱਚਣਾ, ਘੁੰਮੇ ਦਾ ਬਥੇਰਾ ਅਸੀਂ ਜਗ੍ਹਾ ਜਗ੍ਹਾ ਦੇ, ਪਰ ਉਨੀ ਕੀ ਵੀਡੀਓ ਥੋੜ੍ਹੀ ਥੋੜ੍ਹੀ ਛੋਟੀ ਕਲਿੱਪਾਂ ਲਈਆਂ, ਕਿ ਇਹ ਦੱਸਿਆ ਕਿ ਬਾਜ਼ਾਰ ਵਿੱਚ ਰੌਣਕ ਮੇਲਾ ਕਿੱਦਾਂ ਦਾ ਜੀ ਸਾਡੇ ਜੋਰ ਦੀ ਮਾਲ ਸੈਂਟਰ ਦੇ ਵਿੱਚ, ਇਹਦੇ ਨਾਲ ਹੀ ਨਾ ਅਸੀਂ ਇਸ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ, ਤੇ ਆਪਾਂ ਫਨ ਪੂਰਾ ਉਠਾਇਆ, ਠੀਕ ਹੈ ਜੀ, ਤੁਹਾਨੂੰ ਵਧੀਆ ਵੀਡੀਓ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਤੇ ਇਹਦੇ ਨਾਲ ਹੀ ਅਸੀਂ ਮਿਲਾਂਗੇ ਅਗਲੀ ਨਵੀਂ ਵੀਡੀਓ ਵਿੱਚ, ਨਵੀਂ ਵੀਡੀਓ ਇਸ ਤੋਂ ਵੀ ਵਧੀਆ ਹੋਵੇਗੀ, ਪਤਾ ਹੈ ਨਹੀਂ ਸਾਨੂੰ ਕਿਹੜੀ ਬਣਾਉਣੀ ਹੈ, ਪਰ ਆਈਡੀਆ ਲਵਾਂਗੇ, ਠੀਕ ਹੈ, ਇਹਦੇ ਨਾਲ ਹੀ ਅਸੀਂ ਇਸ ਬਲੌਗ ਦਾ ਕਰਦੇ ਹਾਂ ਐਂਡ, ਤੇ ਅਗਲੇ ਬਲੌਗ ਫਿਰ ਮਿਲਾਂਗੇ ਤੁਹਾਡੇ ਨਾਲ, ਆਦੋ ਤੱਕ ਬਾਏ ਬਾਏ, ਬਾਏ ਬਾਏ।